ਦੋਸਤੋ ਜਦੋਂ ਮੈਂ ਆਪਣੀ ਇੰਜੀਨੀਅਰਿੰਗ ਦੀ ਸ਼ੁਰੂਆਤ ਕਰ ਰਿਹਾ ਸੀ ਉਸ ਟਾਈਮ ਮੈਨੂੰ ਬੜੇ ਜਣੇ ਨੇ ਕਿਹਾ ਇੰਜੀਨੀਅਰਿੰਗ ਦਾ ਕੋਈ ਸਕੋਪ ਨਹੀਂ, ਇਸ ਦੇ ਵਿੱਚ ਕੋਈ ਫਿਊਚਰ ਨਹੀਂ, ਇਸ ਦੇ ਵਿੱਚ ਨਾ ਕੋਈ ਜੋਬ। ਪਰ ਮੇਰਾ ਇਸ ਦੇ ਵਿੱਚ ਬਹੁਤ ਇੰਟਰਸਟ ਸੀ, ਮੈਨੂੰ ਬੜਾ ਸ਼ੌਂਕ ਸੀ ਕਿ ਮੈਂ ਇੱਕ ਇੰਜੀਨੀਅਰ ਬਣਾ, ਇੱਕ ਇਨੋਵੇਟਰ ਬਣਾ, ਕੁਛ ਨਵਾਂ ਰਿਸਰਚ ਕਰਾਂ। ਸੋ ਚਲੋ ਅੱਜ ਦੇਖਦੇ ਹਾਂ ਮੈਂ 4 ਸਾਲ ਦੇ ਇੰਜੀਨੀਅਰਿੰਗ ਦੇ ਵਿੱਚ 20 ਤੋਂ ਵੱਧ ਪ੍ਰੋਜੈਕਟ ਕਿਵੇਂ ਬਣਾਏ ਅਤੇ ਮੈਂ ਸ਼ੇਅਰ ਕਰਦਾ ਅੱਜ ਤੁਹਾਡੇ ਨਾਲ ਆਪਣੀ ਜਰਨੀ। ਦੋਸਤੋ ਇਸ ਪ੍ਰੋਜੈਕਟ ਮੇਕਿੰਗ ਜਰਨੀ ਦੀ ਸ਼ੁਰੂਆਤ ਹੁੰਦੀ ਹੈ 2018 ਤੋਂ, ਜਦ ਮੈਂ ਪਹਿਲੀ ਵਾਰੀ ਐਕੋ ਸਰਵਿੰਗ ਰੋਬੋਟ ਬਣਾਉਣ ਲੱਗਿਆ ਸੀ। ਅਤੇ ਉਸ ਟਾਈਮ ਨਾ ਮੈਨੂੰ ਪ੍ਰੋਗਰਾਮਿੰਗ ਆਉਂਦੀ ਸੀ ਨਾ ਮੈਨੂੰ ਇਲੈਕਟ੍ਰੋਨਿਕਸ ਦਾ ਕੁਛ ਪਤਾ ਸੀ, ਪਰ ਫਿਰ ਵੀ ਮੈਨੂੰ ਸ਼ੌਂਕ ਸੀ ਕਿ ਮੈਂ ਪ੍ਰੋਜੈਕਟ ਬਣਾਵਾਂ, ਕਿਉਂਕਿ ਮੈਂ ਸੋਚਦਾ ਸੀ ਇੰਜੀਨੀਅਰਿੰਗ ਦੇ ਵਿੱਚ ਵੱਧ ਤੋਂ ਵੱਧ ਪ੍ਰੋਜੈਕਟ ਹੀ ਮੈਟਰ ਕਰਦੇ ਨੇ। ਅਤੇ 3D ਫਿਲਮ ਉਹਦਾ ਬੜਾ ਮਾਇੰਡ ਦੇ ਉੱਤੇ ਇਫੈਕਟ ਸੀਗਾ। ਸੋ ਮੈਂ ਸੋਚਿਆ ਚਲੋ ਆਪਾਂ ਪ੍ਰੋਜੈਕਟ ਬਣਾਉਂਦੇ ਹਾਂ। ਸੋ ਜਿਵੇਂ ਜਿਵੇਂ ਅਸੀਂ ਸੋਚਦੇ ਗਏ ਵੀ ਅਸੀਂ ਇੱਦਾਂ ਇੱਦਾਂ ਕਰਾਂਗੇ, ਤਾਂ ਉਦੋਂ ਉੱਦਾਂ ਕਰਦੇ ਗਏ ਅਤੇ ਡਿਜ਼ਾਇਨ ਤਿਆਰ ਕਰਦੇ ਗਏ ਅਤੇ ਪ੍ਰੋਜੈਕਟ ਆਖਿਰਕਾਰ ਬਣ ਗਿਆ ਐਕੋ ਸਰਵਿੰਗ ਰੋਬੋਟ, ਸਾਡਾ ਪਹਿਲਾ ਰੋਬੋਟ। ਅਤੇ ਜਿਹੜਾ ਕਿ ਆਟੋਮੈਟਿਕਲੀ ਉਹਦੇ ਵਿੱਚ ਪਾਥ ਦੱਸ ਦਿੰਦੇ ਸੀ ਉਹਨੂੰ, ਅਤੇ ਆਟੋਮੈਟਿਕਲੀ ਉਸ ਲੋਕੇਸ਼ਨ 'ਤੇ ਜਾ ਕੇ ਪਾਣੀ ਸਰਵ ਕਰਦਾ ਸੀਗਾ ਅਤੇ ਵਾਪਸ ਆ ਜਾਂਦਾ ਸੀਗਾ। ਅਤੇ ਇਹਨੂੰ ਅਸੀਂ ਇਨਵਾਇਰਮੈਂਟ ਫਰੈਂਡਲੀ ਬਣਾਇਆ ਸੀਗਾ, ਕਿਉਂਕਿ ਇਸ ਦੇ ਵਿੱਚ ਹੀ ਅਸੀਂ ਡਸਟਬਿਨ ਲਗਾਇਆ ਸੀ ਜੋ ਪਲਾਸਟਿਕ ਦੇ ਗਲਾਸਿਸ ਨੂੰ ਇਕੱਠਾ ਕਰਦਾ ਸੀ ਅਤੇ ਵਾਪਸ ਆਪਣੀ ਜਗ੍ਹਾ 'ਤੇ ਲੈ ਜਾਂਦਾ ਸੀ। ਦੋਸਤੋ ਇਸ ਪ੍ਰੋਜੈਕਟ ਬਣਾਉਣ ਦੇ ਦੌਰਾਨ ਮੈਂ ਬੜਾ ਕੁਛ ਸਿੱਖਿਆ, ਜਿਵੇਂ ਕਿ ਇੱਕ ਟੀਮ ਦੇ ਵਿੱਚ ਕਿਵੇਂ ਕੰਮ ਕੀਤਾ ਜਾਂਦਾ ਅਤੇ ਕਿਵੇਂ ਅਲੱਗ ਅਲੱਗ ਡਿਪਾਰਟਮੈਂਟਸ ਦੇ ਸਟੂਡੈਂਟ ਮਿਲ ਕੇ ਇੱਕ ਵਧੀਆ ਪ੍ਰੋਜੈਕਟ ਬਣਾ ਸਕਦੇ ਨੇ। ਇਸ ਤੋਂ ਬਾਅਦ ਕਾਲਜ ਦੇ ਵਿੱਚ ਅਸੀਂ ਕੁਝ ਵਰਕਸ਼ਾਪਸ ਵੀ ਔਰਗਨਾਈਜ਼ ਕਰਾਈਆਂ, ਜਿੱਥੇ ਕਿ ਅਸੀਂ ਆਪਣਾ ਜੋ ਇਸ ਪ੍ਰੋਜੈਕਟ ਮੇਕਿੰਗ ਦੇ ਦੌਰਾਨ ਸਿੱਖਿਆ ਉਹ ਉੱਥੇ ਐਕਸਪਲੇਨ ਕੀਤਾ। ਅਤੇ ਇਸ ਦੇ ਨਾਲ ਹੀ ਫਿਰ ਅਸੀਂ ਇੱਕ ਕਾਲਜ ਦੇ ਵਿੱਚ ਲੈਬ ਵੀ ਸੈਟਅਪ ਕੀਤੀ, ਜਿਸ ਦੇ ਵਿੱਚ ਸਾਨੂੰ ਕਾਲਜ ਨੇ ਬਹੁਤ ਜ਼ਿਆਦਾ ਸਾਥ ਦਿੱਤਾ। ਅਤੇ ਇਸ ਦੇ ਵਿੱਚ ਅਸੀਂ ਕਾਲਜ ਦੇ ਸਟੂਡੈਂਟਸ ਨੂੰ ਲੈਬ ਦੇ ਵਿੱਚ ਟੈਕਨੀਕਲ, ਨੋਨ ਟੈਕਨੀਕਲ ਅਤੇ ਹੋਰ ਕਈ ਲੇਟੈਸਟ ਟੈਕਨੋਲੋਜੀ ਸਿਖਾਉਣ ਦੀ ਕੋਸ਼ਿਸ਼ ਕੀਤੀ। ਅਤੇ ਇਸ ਲੈਬ ਦੇ ਵਿੱਚ ਜੋ ਖਾਸੀਅਤ ਸੀ ਉਹ ਇਹ ਸੀ ਕਿ ਸਟੂਡੈਂਟ 24/7 ਕੰਮ ਕਰ ਸਕਦਾ ਸੀ। ਸੋ ਬਾਕੀ ਦੇ ਪ੍ਰੋਜੈਕਟ ਮੇਕਿੰਗ ਦੀ ਜਰਨੀ ਇਸੇ ਲੈਬ ਤੋਂ ਸਟਾਰਟ ਹੋਈ। ਦੋਸਤੋ ਇਸ ਤੋਂ ਇਲਾਵਾ ਇੱਕ CSE ਡਿਪਾਰਟਮੈਂਟ ਵਿੱਚ ਇੰਟਰਨੈਟ ਆਫ ਥਿੰਗਸ ਦੀ ਲੈਬ ਸੈਟਅਪ ਕੀਤੀ, ਜਿਸ ਦਾ ਕਿ ਮੈਂ ਇੱਕ ਸਟੂਡੈਂਟ ਕੋਆਰਡੀਨੇਟਰ ਸੀ। ਅਤੇ ਇਸ ਲੈਬ ਦੇ ਵਿੱਚ ਅਸੀਂ ਤਕਰੀਬਨ 7 ਪ੍ਰੋਜੈਕਟ ਬਣਾਏ। ਦੋਸਤੋ ਇਸ ਦੇ ਨਾਲ ਮੈਂ ਆਪਣੇ ਕੁਝ ਹੋਰ ਪਰਸਨਲ ਪ੍ਰੋਜੈਕਟ ਕਰੇ, ਜਿਵੇਂ ਕਿ ਟਵਿੱਟਰ ਬੋਟ ਜੋ ਕਿ ਇਸ ਟਾਈਮ ਕਲਾਊਡ ਦੇ ਉੱਤੇ ਚੱਲ ਰਿਹਾ ਹੈ। ਅਤੇ ਇਸ ਦਾ ਮੇਨ ਪਰਪਸ ਸੀਗਾ ਵੀ 100 ਡੇਜ਼ ਆਫ ਕੋਡ ਦੇ ਟੈਗ ਨੂੰ ਰੀਟਵੀਟ ਕਰਨਾ।
ਇਸ ਤੋਂ ਇਲਾਵਾ ਮੇਰੇ ਡਿਗਰੀ ਦੇ ਵਿੱਚ ਮਾਈਨਰ ਪ੍ਰੋਜੈਕਟ ਸੀ ਫੇਸ ਰਿਕੋਗਨੀਸ਼ਨ ਸਿਸਟਮ ਅਤੇ ਨਾਲ ਹੀ ਮੈਂ ਲਾਈਵਨੈਸ ਡਿਟੈਕਸ਼ਨ ਸਿਸਟਮ ਇੱਕ ਸਿਕਿਉਰਿਟੀ ਪਰਪਸ ਵਾਸਤੇ ਇੰਪਲੀਮੈਂਟ ਕੀਤਾ। ਜੋ ਮੇਰਾ ਮੇਜਰ ਪ੍ਰੋਜੈਕਟ ਸੀ ਉਹ ਇਹਨਾਂ ਦੋਨਾਂ ਪ੍ਰੋਜੈਕਟਸ ਦਾ ਕੰਬੀਨੇਸ਼ਨ ਸੀ ਜੋ ਕਿ ਸਮਾਰਟ ਅਟੈਂਡੈਂਸ ਸਿਸਟਮ ਦਾ ਸੀ, ਜਿਸ ਦੇ ਵਿੱਚ ਫੇਸ ਰਿਕੋਗਨਾਈਜ਼ ਕਰਕੇ ਅਟੈਂਡੈਂਸ ਆਟੋਮੈਟਿਕ ਲੱਗਦੀ ਸੀ ਅਤੇ ਔਨਲਾਈਨ ਇੱਕ ਜੈਂਗੋ ਦੇ ਫਰੰਟ ਐਂਡ ਦੇ ਉੱਤੇ ਸ਼ੋਅ ਹੁੰਦੀ ਸੀ। ਦੋਸਤੋ, ਇਹ ਸੀ ਉਹ 20 ਪ੍ਰੋਜੈਕਟ ਜੋ ਆਪਣੀ ਮੈਂ ਇੰਜੀਨੀਅਰਿੰਗ ਡਿਗਰੀ ਦੇ ਦੌਰਾਨ ਕੀਤੇ। ਇਸ ਤੋਂ ਇਲਾਵਾ ਅਸੀਂ ਹੋਰ ਛੋਟੇ ਮੋਟੇ ਪ੍ਰੋਜੈਕਟ ਕਰਦੇ ਰਹਿੰਦੇ ਸੀ। ਪਰ ਦੋਸਤੋ, ਇੱਕ ਗੱਲ ਯਾਦ ਰੱਖਿਓ, ਇੰਜੀਨੀਅਰਿੰਗ ਕਰਨ ਚੱਲੇ ਹੋ ਤਾਂ ਮਨ ਵਿੱਚ ਠਾਣ ਕੇ ਜਾਇਓ ਕਿ ਮੈਂ ਇੱਥੋਂ ਕੁਝ ਸਿੱਖ ਕੇ ਜਾਣਾ, ਅਤੇ ਇੰਜੀਨੀਅਰਿੰਗ ਦੇ ਵਿੱਚ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਪ੍ਰੈਕਟੀਕਲੀ ਸਿੱਖਿਓ, ਕਿਉਂਕਿ ਉਹੀ ਤੁਹਾਨੂੰ ਸਾਰੀ ਉਮਰ ਭਰ ਯਾਦ ਰਹਿੰਦਾ। ਅਤੇ ਹਾਂ, ਇੱਕ ਚੰਗਾ ਦੋਸਤ, ਇੱਕ ਵਧੀਆ ਮੈਂਟਰ, ਇੱਕ ਵਧੀਆ ਗਾਈਡ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਖਿਰਕਾਰ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਉਹਨਾਂ ਸਭ ਦਾ ਜਿਨ੍ਹਾਂ ਨੇ ਮੈਨੂੰ ਇੰਜੀਨੀਅਰਿੰਗ ਦੇ ਵਿੱਚ ਕਾਫੀ ਕੁਝ ਸਿਖਾਇਆ, ਮੈਨੂੰ ਇੱਕ ਵਧੀਆ ਤਰੀਕੇ ਨਾਲ ਗਾਈਡ ਕਰਿਆ ਅਤੇ ਇੱਕ ਮੈਨੂੰ ਨਵਾਂ ਸੋਚਣ ਦਾ ਤਰੀਕਾ ਦਿੱਤਾ। ਮੈਨੂੰ ਉਮੀਦ ਆ ਕਿ ਤੁਸੀਂ ਇਸ ਵੀਡੀਓ ਦੇ ਵਿੱਚੋਂ ਕੁਛ ਨਾ ਕੁਛ ਜ਼ਰੂਰ ਸਿੱਖੇ ਹੋਵੋਗੇ ਅਤੇ ਇਸ ਨੂੰ ਤੁਸੀਂ ਆਪਣੀ ਇੰਜੀਨੀਅਰਿੰਗ ਡਿਗਰੀ ਦੇ ਦੌਰਾਨ ਜ਼ਰੂਰ ਅਪਣਾਓਗੇ।